ਇੱਧਰ ਜੰਗ ਚੱਲਣ ਦੀ ਸਿਰਫ ਉਹਨੂੰ ਮੋਢੇ ਲਾਉਣ ਦੀ। ਓ ਕਬੀਰਾ ਓ ਕਬੀਰਾ। ਸਵੇਰ ਦੇ ਵੱਜ ਗਿਆ 6:15। ਸੀ ਜਿੱਤਾ ਵੀ ਜ਼ਰੂਰ ਜਾਰੀ ਜੰਗ ਰੱਖੇ ਹੋ ਜਾਰੀ ਜੰਗ ਰੱਖੇ ਹੋ। ਸਾਰਿਆਂ ਨੂੰ ਪਹਿਲਾਂ ਤਾਂ ਸਵੇਰ ਦੀ ਸਤਿ ਸ਼੍ਰੀ ਅਕਾਲ ਅਤੇ ਗੁੱਡ ਮੋਰਨਿੰਗ। ਤੋ ਅੱਜ ਜਿਹੜੀ ਸਾਡੀ ਬੋਟਲ ਆ ਟੁੱਟ ਗਈ ਦੁਬਾਰਾ ਤੋਂ, ਅਤੇ ਕਾਕੇ ਨੂੰ ਭੁੱਖ ਲੱਗੀ ਸੀਗੀ। ਹੁਣ ਅਸੀਂ ਇਹਦੀ ਹੈਲਪ ਨਾਲ ਕਾਕੇ ਨੂੰ ਦੁੱਧ ਦੇ ਰਹੇ ਹਾਂ। ਪਹਿਲਾਂ ਚਮਚੇ ਨਾਲ ਟਰਾਈ ਕੀਤਾ, ਚਮਚੇ ਨਾਲ ਵੀ ਪੀ ਗਿਆ ਸੀ ਆਲਮੋਸਟ, ਪਰ ਡੁੱਲਦਾ ਜ਼ਿਆਦਾ ਪਿਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਘੈਂਟ ਹੋਵੋਗੇ। ਅੱਜ ਮੈਂ ਹੁਣੀ ਥੋੜ੍ਹੇ ਟਾਈਮ ਪਹਿਲਾਂ ਹੀ ਸੁੱਤੀ ਉੱਠੀ ਹਾਂ। ਰਾਤੀ ਥੋੜ੍ਹਾ ਜਿਹਾ ਇਹਨੇ ਤੰਗ ਕੀਤਾ ਸੀਗਾ ਅਤੇ ਜਾਗਦੇ ਰਹੇ, ਪਰ ਇਹ ਸੀਗਾ ਕਿ ਸੋ ਜਾਂਦਾ ਸੀ ਥੋੜ੍ਹੇ ਟਾਈਮ ਬਾਅਦ, ਪਰ ਫਿਰ ਉੱਠ ਜਾਂਦਾ ਸੀ, ਫੇਰ ਸੋ ਜਾਂਦਾ ਸੀ। ਅੱਧੇ ਅੱਧੇ ਘੰਟੇ ਬਾਅਦ ਜਦੋਂ ਤੱਕ ਤੁਸੀਂ ਉੱਠਦੇ ਰਹੋਗੇ ਤੁਹਾਡੀ ਕਦੀ ਨੀਂਦ ਨਹੀਂ ਪੂਰੀ ਹੋ ਸਕਦੀ। ਅਤੇ ਮੈਨੂੰ ਫਿਰ ਨੀਂਦ ਬਹੁਤ ਜ਼ਿਆਦਾ ਆ ਰਹੀ ਸੀ ਸਵੇਰੇ, ਫਿਰ ਮੈਂ ਚਾਹ ਪੀ ਕੇ ਨਾਲ ਰਸ ਵਗੈਰਾ ਖਾ ਕੇ ਸੋ ਗਈ ਸੀਗੀ। ਅੱਜ ਹੈਗਾ 21ਵਾਂ, ਜਿੱਦਾਂ 13ਵਾਂ ਸੀਗਾ ਨਾ ਉੱਦਾਂ 21ਵਾਂ, ਮਤਲਬ ਸਾਨੂੰ ਅੱਜ 21 ਦਿਨ ਹੋ ਗਏ ਆ ਦੋਨਾਂ ਜਣਿਆਂ ਨੂੰ। ਜਿਵੇਂ ਕਿ ਤੁਸੀਂ ਦੇਖਿਆ ਕਿ ਹਸਨਪ੍ਰੀਤ ਹੁਣੀ ਆਏ ਸੀਗੇ, ਉਹ ਜਦੋਂ ਦੇਖਦੀ ਸੀ ਨਾ ਉਹਨੂੰ ਹਰ ਵਾਰੀ ਹੋਰ ਕਿਸੇ 'ਤੇ ਲੱਗਣ ਡਿਆ। ਜਿਵੇਂ ਉਹ ਆਏ ਪਹਿਲਾਂ ਆਣ ਕੇ ਕਹਿੰਦੇ ਇਹ ਤਾਂ ਮਨਦੀਪ ਮਾਮੂ 'ਤੇ ਹੈ, ਫਿਰ ਬਾਅਦ ਦੇ ਵਿੱਚ ਉਹ ਚਾਹ ਚੂਹ ਪੀ ਕੇ ਉਹਨਾਂ ਨੇ ਚੱਕਿਆ, ਕਹਿੰਦੀ ਨਹੀਂ ਮਾਮੀ ਜੀ ਇਹ ਤਾਂ ਤੁਹਾਡੇ 'ਤੇ ਹੈ। ਉਸ ਤੋਂ ਬਾਅਦ ਦੇ ਵਿੱਚ ਨਾ ਥੋੜ੍ਹੇ ਟਾਈਮ ਬਾਅਦ ਚੱਕ ਕੇ ਕਹਿੰਦੇ ਅਰੇ ਨਹੀਂ ਇਹ ਤਾਂ ਆਪਣੀ ਭੂਈ ਵਰਗਾ ਲੱਗੀ ਜਾਂਦਾ ਪਿਆ ਵਾ। ਫਿਰ ਉਸ ਤੋਂ ਬਾਅਦ ਕਹਿੰਦੇ ਨਹੀਂ ਇਹ ਮਾਮੂ 'ਤੇ ਹੀ ਹੈ, ਮਨਦੀਪ ਮਾਮੂ 'ਤੇ ਹੀ। ਮੈਂ ਕਿਹਾ ਸਾਨੂੰ ਵੀ ਇੱਦਾਂ ਹੀ ਹੁੰਦਾ। ਪਿਛਲੇ ਵਲੋਗ 'ਚ ਪੁੱਛਿਆ ਸੀਗਾ ਕਿ ਨੈਕਸਟ ਮੰਥ ਕੀ ਹੈਗਾ ਵਾ ਖਾਸ, 8-9 ਜਣਿਆਂ ਨੇ ਬਿਲਕੁਲ ਸਹੀ ਗੈਸ ਕੀਤਾ, ਬਟ ਬਾਕੀ ਸਾਰਿਆਂ ਨੇ ਗਲਤ ਕੀਤਾ। 5 ਮਹੀਨੇ ਸਾਡੀ ਮੈਰਿਜ ਐਨਵਰਸਰੀ ਨਹੀਂ ਹੈਗੀ। ਦੁਪਹਿਰ ਦਾ ਟਾਈਮ ਤੇ ਚੌਲ ਬਣ ਗਏ ਮਟਰਾਂ ਵਾਲੇ, ਇਹਦੇ ਨਾਲ ਦਹੀਂ ਖਾਣ ਦਾ ਮਜ਼ਾ ਆਉਂਦਾ ਹੀ ਹੈਗਾ, ਮੈਨੂੰ ਬੜੇ ਸਵਾਦ ਲੱਗਦੇ। ਅੱਜ ਮੈਂ ਹੀ ਖਾਣ ਲੱਗਾ, ਬਟ ਮੈਨੂੰ ਨਾ ਮਟਰ ਨਹੀਂ ਸਿਖਾਣੇ, ਤੁਸੀਂ ਮਟਰ ਨਾ ਪਾਇਆ ਕਰੋ ਮੰਮਾ। ਫਿਰ ਇਹਨੂੰ ਮਟਰ ਵਾਲੇ ਚੌਲ ਕੌਣ ਕਹੂਗਾ ਨਾ? ਉਹ ਕਹਿੰਦੀ ਮਟਰ ਪਾਓ, ਤੂੰ ਕਹਿੰਦਾ ਮਟਰ ਨਹੀਂ ਪਾਉਣੇ, ਮੈਨੂੰ ਮਟਰ ਨਹੀਂ ਸਵਾਦ ਲੱਗਦੇ ਹੈਨਾ, ਤੇ ਮੈਂ ਕੀ ਕਰਾਂ? ਤੂੰ ਕੰਮ ਕਰੋ, ਇਸ ਕਰਕੇ ਤੂੰ ਕੱਢਦੀ ਮਟਰ, ਉਹ ਇਹਦੇ 'ਚ ਪਾ ਲਾਂਗੇ, ਮੈਂ ਖਾ ਲਾਂ। ਨਹੀਂ ਮੈਂ ਮਟਰ ਕੱਢ ਕੇ ਉਹਨੂੰ ਦੇ ਦੂੰਗਾ, ਪਹਿਲਾਂ ਮੈਂ ਚੌਲ ਬਣਾਵਾਂ ਫਿਰ ਮਟਰ ਕੱਢਾ, ਫਿਰ ਮੈਂ ਤੈਨੂੰ ਖਾਣ ਨੂੰ ਦਵਾਂ ਤੇ ਮਟਰ ਕੱਢਾਂ। ਮਟਰ ਸਾਰੇ ਹੋ ਗਏ ਸੈਪਰੇਟ, ਹੁਣ ਇਕੱਲੇ ਚੌਲ ਰਹਿ ਗਏ, ਮਟਰ ਵਾਲੇ ਚੌਲ ਤਾਂ ਰਹੇ ਨਹੀਂ। ਫਿਰ ਹੁਣ ਮੈਂ ਲੈਣ ਚੱਲਾ ਵਾਂ ਆਪਣਾ ਇੱਕ ਬੋਟਲ ਜਿਹੜੀ ਟੁੱਟ ਗਈ ਹੈ, ਦੂਜਾ ਇਹ ਕਾਟ ਰੇਡੀ, ਇਹ ਫਿਰ ਤਾਂ ਟੁੱਟ ਗਿਆ। ਚਾਹ ਵਿੱਚ ਸਬਜ਼ੀ ਹੈ ਨਹੀਂ? ਸਬਜ਼ੀ ਮੈਂ ਪਹਿਲਾਂ ਕੱਢ ਕੇ ਛੋਲੀ 'ਚ, ਤੁਸੀਂ ਉੱਦਾਂ ਹੀ ਚਲਾਈ ਜਾਣੀ ਖਾਲੀ? ਆਹੋ ਖਾਲੀ, ਹੁਣ ਕੱਢੀ ਜਾਣ ਫਿਰ ਚੋਂ। ਮਾਸਕ ਤਾਂ ਲੱਭਾ ਨਹੀਂ, ਰੁਮਾਲ ਲੈ ਜਾਂਦੇ, ਰੁਮਾਲ ਇਸ ਕਰਕੇ ਕਿਉਂਕਿ ਸਾਰਾ ਬਟਾਲਾ ਟੁੱਟਾ ਪਿਆ, ਮਿੱਟੀ ਨਹੀਂ ਚੱਲ ਰਹੀ ਨਾ, ਬੈਟਰੀ ਦੀ ਸੈਲ ਫੋਨ ਨਹੀਂ ਚੱਲਣ ਦੀ, ਬੈਟਰੀ ਖਰਾਬ ਹੋ ਗਈ ਹੈ, ਕਿੱਕਾਂ ਮਾਰੀਆਂ ਪੈਣੀਆਂ। ਮੁਸ਼ਕਿਲ ਨਾਲ ਇੱਕ ਕੰਪਿਊਟਰ ਦੀ ਦੁਕਾਨ ਲੱਭੀ ਜਿੱਥੇ ਮੈਨੂੰ ਲੱਗਾ ਕਿ ਕਾਟ ਰੀਡਰ ਹੋਣਾ ਵਾ, ਤੂੰ ਕਾਟ ਰੀਡਰ ਨਹੀਂ ਹੋਣਾ। ਹਾਰਨ ਸੁਣਿਆ ਹੋਣਾ, ਪ੍ਰੈਸ਼ਰ ਹਾਰਨ ਸੁਣਿਆ ਹੋਣਾ, ਲਵਾਇਆ ਹਾਈਪਰ ਪ੍ਰੈਸ਼ਰ ਹਾਰਨ, ਪੁਰਾਣੇ ਕੱਟਣੇ ਹੁੰਦੇ ਨਾ ਕਈ ਵਾਰੀ, ਉਹ ਪੁਰਾਣੇ ਕੱਟਣੇ ਹੁੰਦੇ ਕਈ ਵਾਰੀ, ਸੈਟਿੰਗ ਕਰਨੀ ਪੈਂਦੀ। ਓਕੇ ਅੱਜ ਬਣਿਆ ਵਾ ਕੜਾਹ ਕਿਉਂ ਬਣਿਆ ਵਾ, ਉਹ ਸੁਣ ਤਾਂ ਲੈ, ਅੱਜ ਬਣਿਆ ਵਾ ਕੜਾਹ ਕਿਉਂ ਬਣਿਆ ਵਾ, ਕਿਉਂਕਿ ਅੱਜ 21ਵੇਂ ਦੀ ਰਸਮ ਹੁੰਦੀ ਜਿਹੜੀ, ਉਹਦੇ ਵਿੱਚ ਬਣਾਇਆ ਜਾਂਦਾ ਮਿੱਠਾ, ਤੇ ਨਾਲ 13ਵੇਂ ਤੇ ਵੀ ਬਣਾਇਆ ਜਾਂਦਾ ਉਦਾਂ ਤਾਂ, ਪਰ 13ਵੇਂ ਵਾਲੇ ਦਿਨ ਜਿੱਦਾਂ ਥੋੜਾ 19 ਸਟੇਬਲ ਨਹੀਂ ਸੀਗੀ, ਜ਼ਿਆਦਾ ਦੇਰ ਨਹੀਂ ਖੜਨਾ, ਮੰਮਾ ਕਹਿੰਦੇ ਤੂੰ ਚਾਹ ਬਣਾ ਲਾ, ਅੱਜ ਫਿਰ 21 ਦਿਨ ਹੋ ਗਏ, ਅੰਮਾ ਕਹਿੰਦੇ ਅੱਜ ਤੂੰ ਕੜਾਹ ਬਣਾ ਲਾ, ਪਹਿਲਾਂ ਬਣਾਈ ਚਾਹ ਹੁਣ ਬਣਾਇਆ ਕੜਾਹ, ਅਗਲੀ ਵਾਰੀ ਵਾਹ ਵਾਹ। ਜਿਹੜੀ ਮੈਂ ਡਰੈਸ ਮੰਗਵਾਈ ਸੀ ਅੱਜ ਮੈਂ ਉਹ ਪਾਈ ਆ, ਔਰ ਮੈਨੂੰ ਲੱਗਣੀ ਨਹੀਂ ਡਈ, ਪਰ ਕੈਮਰੇ 'ਚ ਸੋਹਣੀ ਲੱਗਦੀ, ਮਤਲਬ ਮੈਨੂੰ ਨਾ ਇੰਨੀ ਜ਼ਿਆਦਾ ਲਾਈਟ ਲੱਗਦੀ ਪਈ ਨਾ ਇਹ, ਕੋਈ ਭਾਰ ਨਹੀਂ ਹੈਗਾ, ਠੀਕ ਹੈ ਇੱਕ ਹਿਸਾਬ ਨਾਲ, ਤੇ ਕੱਪੜਾ ਨਹੀਂ ਨਾ ਵਧੀਆ। ਚਾ ਬਸ ਕਰ ਹੁਣ, ਕੀ ਤੂੰ ਬਰਾਬਰ ਕਰਕੇ, ਹਾਂ ਬਰਾਬਰ, ਮੈਂ ਚਾਹੁੰਦੀ ਲੜਾਈ ਹੋ ਜੇ, ਮੈਂ ਚੰਨ ਮੈਂ ਜ਼ਿਆਦਾ, ਮੈਨੂੰ ਜ਼ਿਆਦਾ ਦੇ ਤਾ, ਉਹ ਘੱਟ ਦੇ ਤਾ, ਮੈਨੂੰ ਉਹ ਜਲਪਰੀ ਵਾਲਾ ਚਮਚਾ ਦੇ, ਇਹ ਹਮਾਰਾ ਹੈ ਜਲਪਰੀ ਵਾਲਾ ਚਮਚਾ। ਯਾਰ ਘਰੇ ਫੰਕਸ਼ਨ ਕਰਾਉਂਦਾ, ਇੱਕ ਤਾਂ ਫਾਇਦਾ ਹੈਗਾ ਸਾਡਾ, ਇੱਕ ਚਮਚਾ ਵੱਧ ਗਿਆ। ਆਹੋ ਆ ਦਿਖਾ, ਇਹ ਹੈਗਾ ਜਲਪਰੀ ਵਾਲਾ ਚਮਚਾ, ਸਾਡਾ ਇੱਕ ਚਮਚਾ ਵੱਧ ਗਿਆ। ਓਹੋ, ਮੈਨੂੰ ਥੋੜਾ ਟਾਈਮ ਲੱਗਾ ਤੇਰਾ ਜੋਕ ਸਮਝਣ ਚ। ਚਲੋ ਉਹ ਵਾਲਾ ਖਤਰਨਾਕ ਵਾਲਾ, ਜਿੱਦਾਂ ਹੁਣ ਮੈਂ ਮਤਲਬ ਖੰਡ ਨੀ ਹੈਗੀ ਇਸ ਵਕਤ, ਇਹ ਨਮਕ ਆ। ਓ ਅੱਛਾ, ਮਤਲਬ ਤੂੰ ਕੋਮਲਿਕਾ ਕੋਮਲਿਕਾ ਵਾਲਾ। ਹਾਂ ਧਿਆਨ ਨਾਲ, ਇਹ ਚ ਲੂਣ ਵੀ ਹੋ ਸਕਦਾ ਜੀ, ਹੋ ਸਕਦਾ ਮੰਮਾ ਜੀ,
चुपके लै गए तेरे चल गए वाहिगुरु ने हुण मौका दिता इनू तेरहवें ते पौनी जदों तेरहवां नाल आया पर इहदे पापा पिंड गए सी ते सरप्राइज देण दे तरीके कोई साडे टब्बर तों सिखे लाइट है क्या सोआ पोर्शन का काम भी होना स्टार्ट हो गया वा प्राइमर वजना शुरू हो गया वा एक हूँ यह भी बड़ा चक्कर पै गया कि पखे चल पे आ माइक च खड़ खड़ की आवाज आनी शुरू होनी ये माइक के उत्ते मामा एक चीज लगती उन्होंने कहते मरी बिल्ली डेड कैट इंग्लिश बोलते हैं जागना शुरू हो गया फिर बस ऐसा ही हूं नहीं टिकता जे मम्मा को अज चुप हो गया जी नु एक मौका दे दो कबीर दी दादी नु पता जा जान नहीं दोने सवाल पैदा हो गया जवाब ही नहीं लभन दिया ली करो गल हम दसो पापा जी सवाल ही नहीं पैदा होता तो जवाब मम्मा ने लभ लिया इधर बन लगी है चाह बड़े चिर बाद रात लड़ी जाती सवेर दी पता नहीं दो तीन नहीं परसों चौथ दी लड़ी जिहड़ी कबिंदी दा जिहड़ा टीज़र है ओह आएगा 20 तो 22 दे विच विच 21 तरीक नूं
ਤੇ ਕੋਸ਼ਿਸ਼ ਕਰਾਂਗੇ ਹੁਣ ਪਾਉਣ ਦੀ। ਚਲ ਠੀਕ ਹੈ, ਮਿਲਦੇ ਹਾਂ ਜੀ ਅਗਲੇ ਵਲੌਗ ਵਿੱਚ। ਕਿਹੜਾ ਘਟ ਕਰਾਂਗੇ।